ਅਜਾ ਮਤਲਬ ਤੁਸੀਂ ਇਹ ਚਾਹਦੇ ਆ ਕਿ ਹੇਰਨ ਬਚ ਜਵੇ ਸ਼ੇਰ ਮਾਰ ਜਵੇ ਇਹਨਾਂ ਦੇ ਨਾਲ ਨਾ ਇੰਡਸਟਰੀਜ਼ ਹੋ ਰਿਹਾ ਆ ਆਪਾਂ ਇਹਨਾਂ ਨੂੰ ਸਪੋਰਟ ਕਰੀਏ ਇਹ ਅੱਗੇ ਜਾਣ ਇਹ ਜਿੱਤਣ ਕਿਉਂਕਿ ਉਹਨੇ ਤਾਂ ਉਹੀ ਚੀਜ਼ ਖਾਣੀ ਆ ਉਹਨੇ ਆ ਫਰੂਟ ਤਾਂ ਖਾਣੇ ਨਹੀਂ ਉਹਨੇ ਅੰਗੂਰ ਜਾਂ ਸੇਬ ਤਾਂ ਖਾਣੇ ਨਹੀਂ ਹੈਗੇ ਉਹਨੇ ਤਾਂ ਮਾਸਾ ਹੀ ਖਾਣਾ ਹੈ ਨਾ ਇਸ ਈਜ਼ੀ ਟੂ ਚੂਜ਼ ਯੂ ਸ਼ੁੱਡ ਗੋ ਵਿਦ ਦਾ ਅੰਡਰਡੌਗ ਟੀਮਸ ਤੇ ਸਾਡਾ ਝਕਾ ਜਿਹੜਾ ਆਟੋਮੈਟਿਕਲੀ ਉਸ ਟੀਮ ਵੱਲ ਹੋ ਜਾਣਾ ਜਿਹੜੀ ਹਾਰਦੀ ਪਈ ਆ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਕਰਦੇ ਹਾਂ ਜੀ ਅੱਜ ਦੇ ਪੋਡਕਾਸਟ ਦੇ ਵਿੱਚ ਤੇ ਅੱਜ ਅਸੀਂ ਗੱਲ ਕਰਾਂਗੇ ਅੰਡਰਡੌਗ ਸ਼ਬਦ ਬਾਰੇ ਅੰਡਰਡੌਗ ਮੈਂਟੈਲਿਟੀ ਬਾਰੇ ਤੇ ਸਭ ਤੋਂ ਪਹਿਲਾਂ ਜਾਣਦੇ ਆ ਕਿ ਅੰਡਰਡੌਗ ਮੈਂਟੈਲਿਟੀ ਹੁੰਦੀ ਕੀ ਆ ਹਨਾ ਤੇ ਮੋਸਟਲੀ ਇਹ ਸ਼ਬਦ ਅਸੀਂ ਕਿਸੇ ਸਪੋਰਟਸ ਦੇ ਵਿੱਚ ਜਾਂ ਪੋਲਿਟਿਕਸ ਦੇ ਵਿੱਚ ਵਰਤਦੇ ਹਾਂ ਜਿਹੜੀ ਟੀਮ ਮਾੜੀ ਹੋਵੇ ਜਾਂ ਜਿਹੜੀ ਪਾਰਟੀ ਮਾੜੀ ਹੋਵੇ ਅਸੀਂ ਉਹਦੇ ਲਈ ਇਹ ਸ਼ਬਦ ਵਰਤਦੇ ਹਾਂ ਅੰਡਰਡੌਗ ਜੇ ਜਿਹੜੀ ਟੀਮ ਆ ਉਹ ਮਤਲਬ ਨਮੀ ਹੋ ਸਕਦੀ ਆ ਜਾਂ ਉਹਦੀ ਜਿਹੜੀ ਪਰਫਾਰਮੈਂਸ ਆ ਉਹ ਥੋੜੀ ਲੋ ਹੋ ਸਕਦੀ ਆ ਐਸ ਕੰਪੇਅਰ ਟੂ ਅਦਰ ਟੀਮਸ ਤੇ ਉਹਦੇ ਜਿਹੜੇ ਰਿਸੋਰਸਸ ਆ ਉਹ ਘੱਟ ਹੋ ਸਕਦੇ ਆ ਮਤਲਬ ਉਹ ਗਰੀਬ ਟੀਮ ਹੋ ਸਕਦੀ ਆ ਤੇ ਇਦੀ ਪਾਰਟੀ ਨੂੰ ਲੈ ਕੇ ਆ ਪਾਰਟੀ ਵੀ ਗਰੀਬ ਹੋ ਸਕਦੀ ਆ ਨਮੀ ਹੋ ਸਕਦੀ ਆ ਜਿਹੜੇ ਉਹਦੇ ਕੈਂਡੀਡੇਟ ਆ ਉਹ ਨਵੇਂ ਹੋ ਸਕਦੇ ਆ ਤੇ ਉਸ ਤੋਂ ਉਲਟ ਟੌਪ ਡੌਗ ਹੁੰਦੇ ਆ ਜਿਹੜੇ ਕਿ ਵਧੀਆ ਪਰਫਾਰਮ ਕਰ ਰਹੇ ਹੁੰਦੇ ਆ ਵਧੀਆ ਟੀਮਾਂ ਹੁੰਦੀਆਂ ਹੋਣੀਆਂ ਵਧੀਆ ਪਾਰਟੀਆਂ ਹੁੰਦੀਆਂ ਹਨ ਪਰ ਇੱਥੇ ਅਸੀਂ ਅੰਡਰਡੌਗ ਬਾਰੇ ਜ਼ਿਆਦਾ ਗੱਲ ਕਰਾਂਗੇ ਕਿਉਂਕਿ ਜਿਹੜੀ ਸਾਡੀ ਮੈਂਟੈਲਿਟੀ ਆ ਨਾ ਜਦੋਂ ਸਾਨੂੰ ਕੋਈ ਨੋਲਿਜ ਨਹੀਂ ਹੁੰਦੀ ਕਿਸੇ ਵੀ ਚੀਜ਼ ਬਾਰੇ ਤੇ ਸਾਡੇ ਮੂਰੇ ਦੋ ਆਪਸ਼ਨ ਆਉਂਦੇ ਆ ਨਾ ਤਾਂ ਮੋਸਟਲੀ ਕੀ ਹੁੰਦਾ ਕਿ ਅਸੀਂ ਅੰਡਰਡੌਗ ਨੂੰ ਚੂਜ਼ ਕਰਦੇ ਆ ਨਾ ਚਾਹੇ ਉਹ ਕੋਈ ਟੀਮ ਹੋਵੇ ਚਾਹੇ ਉਹ ਪਾਰਟੀ ਹੋਵੇ ਹੁਣ ਅੰਡਰਡੌਗ ਜੀ ਤਾਂ ਕਿਸੇ ਬੰਦੇ ਦੇ ਆਪਣੇ ਆਪ ਤੇ ਹਾਵੀ ਹੋ ਜਾਂਦੀ ਆ ਹਨਾ ਤੇ ਉਹ ਉਹਦੇ ਲਈ ਬਹੁਤ ਮਾੜੀ ਗੱਲ ਹੈ ਨਾ ਬੰਦੇ ਨੂੰ ਹਮੇਸ਼ਾ ਕੌਨਫੀਡੈਂਸ ਦੇ ਵਿੱਚ ਰਹਿਣਾ ਚਾਹੀਦਾ ਹੈ ਕਿਉਂਕਿ ਹਰੇਕ ਬੰਦਾ ਸਟਾਰਟਿੰਗ ਜਿਹੜਾ ਪੀਰੀਅਡ ਹੈ ਉਹਦੇ ਵਿੱਚੋਂ ਹੋ ਕੇ ਹੀ ਅੱਗੇ ਨਿਕਲਦਾ ਹੈ ਹਨ ਸੋ ਇਹ ਜਿਹੜੀ ਮੈਂਟੈਲਿਟੀ ਹੈ ਉਹ ਆਪਣੇ ਆਪ ਤੇ ਨਹੀਂ ਆਣੀ ਚਾਹੀਦੀ ਤੇ ਅੱਜ ਦਾ ਟੌਪਿਕ ਜਿਹੜਾ ਸਾਡਾ ਇਹ ਹੈ ਵੀ ਨਹੀਂ ਹੈ ਅਸੀਂ ਗੱਲ ਕਰਾਂਗੇ ਕਿ ਸਪੋਰਟਰਸ ਜਿਹੜੇ ਦਰਸ਼ਕ ਹੁੰਦੇ ਆ ਜਿਹੜੇ ਦੇਖਦੇ ਆ ਉਹ ਕਿੱਦਾਂ ਚੂਜ਼ ਕਰਦੇ ਆ ਨਾ ਤੇ ਕਿਉਂ ਚੂਜ਼ ਕਰਦੇ ਆ ਉਹਦੇ ਬਾਰੇ ਅਸੀਂ ਅੱਜ ਗੱਲ ਕਰਾਂਗੇ ਜਿੱਦਾਂ ਕਿ ਤੁਸੀਂ ਸਾਰਿਆਂ ਨੇ ਕਦੀ ਨਾ ਕਦੀ ਇਹ ਚੀਜ਼ ਕੀਤੀ ਹੋਣੀ ਆ ਕਿ ਜਦੋਂ ਹੁਣ ਮੰਨ ਲਓ ਫੁੱਟਬਾਲ ਤੇ ਕ੍ਰਿਕਟ ਦੀ ਟੀਮ ਬਾਰੇ ਸਾਨੂੰ ਸਾਰਿਆਂ ਨੂੰ ਪਤਾ ਹੁੰਦਾ ਹਨ ਤੇ ਜਦੋਂ ਅਸੀਂ ਕੋਈ ਵੀ ਹੋਰ ਸਪੋਰਟਸ ਦੇਖਦੇ ਆ ਤੇ ਕੋਈ ਮੈਚ ਚੱਲਦਾ ਪਿਆ ਜੇ ਮੰਨ ਲਓ ਵਾਲੀਬਾਲ ਦਾ ਮੈਚ ਚੱਲਦਾ ਪਿਆ ਜੇ ਕਬੱਡੀ ਦਾ ਮੈਚ ਚੱਲਦਾ ਪਿਆ ਦੋਨੋਂ ਟੀਮਾਂ ਚੋਂ ਅਸੀਂ ਕਿਸੇ ਨੂੰ ਨਹੀਂ ਜਾਣਦੇ ਹੈਗੇ ਤੇ ਕੀ ਹੁੰਦਾ ਇੱਕ ਟੀਮ ਦੇ ਜ਼ਿਆਦਾ ਪੁਆਇੰਟ ਆ ਇੱਕ ਟੀਮ ਹਾਰਦੀ ਪਈ ਆ ਮੰਨ ਲਓ ਇੱਕ ਟੀਮ ਜਿੱਤਦੀ ਪਈ ਆ ਹਨ ਤੇ ਸਾਡਾ ਝਕਾ ਜਿਹੜਾ ਆਟੋਮੈਟਿਕਲੀ ਉਸ ਟੀਮ ਵੱਲ ਹੋ ਜਾਣਾ ਜਿਹੜੀ ਹਾਰਦੀ ਪਈ ਆ ਅਸੀਂ ਨਹੀਂ ਦੇਖਣਾ ਉਹਦੀ ਪਰਫਾਰਮੈਂਸ ਕਿੱਦਾਂ ਦੀ ਆ ਅਸੀਂ ਨਹੀਂ ਦੇਖਣਾ ਉਹਦਾ ਬੈਕਗ੍ਰਾਉਂਡ ਕਿੱਦਾਂ ਦਾ ਆ ਅਸੀਂ ਇਹ ਵੀ ਨਹੀਂ ਦੇਖਣਾ ਦੂਜੀ ਟੀਮ ਵਧੀਆ ਖੇਡ ਕੇ ਜਿੱਤਦੀ ਪਈ ਆ ਜਮਨ ਕੀ ਉਹ ਆਪਾਂ ਕੁਝ ਨਹੀਂ ਐਨਾਲਾਈਜ਼ ਨਹੀਂ ਕਰਨਾ ਹੈਗਾ ਆਪਾਂ ਸਿਰਫ ਝਕਾ ਸਾਡਾ ਸਿਰਫ ਝਕਾ ਹੋ ਜਾਣਾ ਜਿਹੜੀ ਟੀਮ ਹਾਰਦੀ ਪਈ ਆ ਇਹਨੂੰ ਕਹਿੰਦੇ ਅੰਡਰਡੌਗ ਮੈਂਟੈਲਿਟੀ ਹੈ ਨਾ ਤੇ ਇਹ ਅਲੱਗ-ਅਲੱਗ ਲੋਕਾਂ ਵਿੱਚ ਅਲੱਗ-ਅਲੱਗ ਰੀਜ਼ਨ ਕਰਕੇ ਹੁੰਦੀ ਆ ਜਿੱਦਾਂ ਜੀ ਅਸੀਂ ਮੀਡਲ ਕਲਾਸ ਜਾਂ ਲੋਅਰ ਮੀਡਲ ਕਲਾਸ ਲੋਕਾਂ ਬਾਰੇ ਗੱਲ ਕਰੀ ਤਾਂ ਉਹਨਾਂ ਦੇ ਰੀਜ਼ਨ ਹੋਰ ਹੋ ਸਕਦੇ ਆ ਅਮੀਰ ਲੋਕਾਂ ਦੇ ਇਹ ਮੈਂਟੈਲਿਟੀ ਹੋਣ ਦੇ ਹੋਰ ਰੀਜ਼ਨ ਹੋ ਸਕਦੇ ਆ ਹਨ ਤੇ ਆਪਾਂ ਟਰਾਈ ਕਰਦੇ ਆ ਦੋਨੋਂ ਰੀਜ਼ਨਸ ਬਾਰੇ ਗੱਲ ਕਰਨ ਦੀ ਹਨ ਜਿਹੜੇ ਸਾਡੇ ਵਰਗੇ ਆ ਮਤਲਬ ਲੋਅਰ ਮੀਡਲ ਕਲਾਸ ਲੋਕ ਆ ਉਹ ਅੰਡਰਡੌਗ ਨੂੰ ਤਾਂ ਚੂਜ਼ ਕਰਦੇ ਕਿਉਂਕਿ ਸਾਨੂੰ ਆਪਣੇ ਆਪ ਨੂੰ ਵੀ ਕਿਤਨਾ ਕਿਤੇ ਲੱਗਦਾ ਕਿ ਅਸੀਂ ਵੀ ਅੰਡਰਡ ਹੋ ਗਿਆ ਸਾਡਾ ਵੀ ਸਟਰਗਲਿੰਗ ਪੀਰੀਅਡ ਚੱਲਦਾ ਪਿਆ ਸੀ ਵੀ ਕਿਉਂਕਿ ਕੋਈ ਨਾ ਕੋਈ ਜ਼ਿੰਦਗੀ ਦੇ ਵਿੱਚ ਹਾਸਲ ਕਰਨਾ ਚਾਹੁੰਦੇ ਆ ਸਾਡੇ ਕੋਲ ਰਿਸੋਰਸਸ ਘੱਟ ਆ ਨਾ ਤੇ ਸਾਡੇ ਵਰਗਾ ਜਦੋਂ ਵੀ ਸਾਨੂੰ ਕੋਈ ਹੋਰ ਦੀਦਾ ਹੈ ਤਾਂ ਅਸੀਂ ਉਹਦੇ ਨਾਲ ਰਿਲੇਟ ਕਰਨ ਲੱਪੰਦੇ ਸਾਡੇ ਮਤਲਬ ਅੰਦਰ ਉਹਦੇ ਲਈ ਸਿੰਪਥੀ ਜੀ ਪੈਦਾ ਹੋਣ ਲੱਪੰਦੀ ਹੈ ਨਾ ਇਸ ਲਈ ਸਾਡਾ ਝੁਕਾਉ ਉਹਦੇ ਵੱਲ ਨੂੰ ਹੋ ਜਾਂਦਾ ਹੈ ਨਾ ਤੇ ਇਹੀ ਰੀਜ਼ਨ ਹੈ ਗਰੀਬਾਂ ਦਾ ਜਾਂ ਲੋਅਰ ਮੀਡਲ ਕਲਾਸ ਲੋਕਾਂ ਦਾ ਤੇ ਅਮੀਰ ਲੋਕੀਆ ਜਿਹੜੇ ਉਹ ਐਡਵੈਂਚਰ ਕਰਕੇ ਵੀ ਹੋ ਸਕਦੇ ਆ ਕਿਉਂਕਿ ਉਹਨਾਂ ਨੂੰ ਅਲੱਗ-ਅਲੱਗ ਚੀਜ਼ਾਂ ਕਰਨ ਦੇ ਵਿੱਚ ਮਜ਼ਾ ਆਂਦਾ ਆ ਸੋ ਉਹਨਾਂ ਦੇ ਇਹ ਰੀਜ਼ਨ ਹੋ ਸਕਦੇ ਆ ਤੇ ਪਰ ਅੰਡਰਡੌਗ ਨੂੰ ਸਪੋਰਟ ਕਰਨਾ ਵੀ ਕੋਈ ਮਾੜੀ ਗੱਲ ਨਹੀਂ ਹੈਗੀ ਤੇ ਜਿਹੜੇ ਹੁਣ ਮਤਲਬ ਟੌਪ ਡੌਗ ਨੂੰ ਸਪੋਰਟ ਕਰਦੇ ਆ ਉਹਨਾਂ ਨੂੰ ਸਪੋਰਟ ਕਰਨਾ ਵੀ ਕੋਈ ਮਾੜੀ ਗੱਲ ਨਹੀਂ ਹੈਗੀ ਇਹ ਤੁਹਾਡੀ ਆਪਣੀ ਚੋਇਸ ਹੋ ਸਕਦੀ ਆ ਨਾ ਤੇ ਹੁਣ ਮੈਂ ਆਪਣੇ ਇਨਸੀਡੈਂਟ ਤੁਹਾਨੂੰ ਦੱਸਦਾ ਕਿ ਮੇਰੇ ਨਾਲ ਇਹ ਚੀਜ਼ ਕਿੱਦਾਂ ਹੋਈ ਹੈ ਨਾ ਮੈਂ Uber ਚਲਾਉਂਦਾ ਸੀਗਾ ਮੈਲਬਨ ਦੇ ਵਿੱਚ ਹਨਾ ਤੇ ਉੱਥੇ ਤੁਹਾਨੂੰ ਅਲੱਗ-ਅਲੱਗ ਬੰਦੇ ਟੱਕਰਦੇ ਆ ਅਲੱਗ-ਅਲੱਗ ਤਰੀਕੇ ਤੇ ਮੇਰਾ ਉਸ ਵੇਲੇ ਸਪੋਰਟਸ ਦੇ ਵਿੱਚ ਹੁੰਦਾ ਸੀਗਾ ਫਿਟਨੈਸ ਵੱਲ ਧਿਆਨ ਹੁੰਦਾ ਸੀਗਾ ਜਾਂ ਫੋਟੋਗ੍ਰਾਫੀ ਦੇ ਵਿੱਚ ਧਿਆਨ ਹੁੰਦਾ ਸੀਗਾ ਨਾ ਤੇ ਜਦੋਂ ਵੀ ਇਹ ਨਾ ਤਿੰਨਾਂ ਦੇ ਵਿੱਚੋਂ ਜੇ ਕੋਈ ਪੈਸੇਂਜਰ ਹੁੰਦਾ ਸੀਗਾ ਗੱਲਬਾਤ ਕਰਨ ਵਾਲਾ ਤੇ ਆਪਾਂ ਉਸ ਟੌਪਿਕ ਤੇ ਗੱਲ ਕਰ ਲਈਦੀ ਹੁੰਦੀ ਸੀ ਹਨਾ ਤੇ ਜਦੋਂ ਵੀ ਫੁੱਟਬਾਲ ਦੀ ਗੱਲ ਹੋਣੀ ਤਾਂ ਮੇਰੀ ਫੇਵਰਿਟ ਟੀਮ ਜਦੋਂ ਤੋਂ ਮੈਨੂੰ ਫੁੱਟਬਾਲ ਬਾਰੇ ਮਾੜਾ ਮੋਟਾ ਪਤਾ ਆਇਆ ਨਾ ਤਾਂ ਬਾਰਸੀਲੋਨਾ ਰਹੀ ਆ ਨਾ ਉਦੇਗ ਕਰਨ ਇਹ ਵੀ ਆ ਕਿ ਮੈਨਰੇਟ ਪ੍ਰਾਇਆ ਉਸਪੀਨ ਦੇ ਵਿੱਚ ਆ ਤੇ ਉਹਨਾਂ ਨੂੰ ਵੀ ਉਹ ਟੀਮ ਪਸੰਦ ਆ ਉਹਨਾਂ ਤੋਂ ਸੁਣ ਸੁਣ ਕੇ ਮੈਂ ਮੈਚ ਦੇਖਣੇ ਜਾਂ ਉਹ ਟੀਮ ਬਾਰੇ ਦੇਖਣਾ ਸ਼ੁਰੂ ਕਰ ਦਿੱਤਾ ਤੇ ਮੈਸੀ ਵਧੀਆ ਪਲੇਅਰ ਆ ਤੇ ਜਦੋਂ ਉਹਨੂੰ ਦੇਖਿਆ ਤੇ ਉਹ ਵੀ ਮੈਨੂੰ ਵਧੀਆ ਲੱਗਣ ਲੱਗ ਪਿਆ ਤੇ ਉਹ ਮੇਰਾ ਫੇਵਰਿਟ ਪਲੇਅਰ ਬਣ ਗਿਆ ਫੇਵਰਿਟ ਇੰਦਰਸੇ ਮੈਂ ਬੜਾ ਮਤਲਬ ਦੇਖਦਾ ਨਹੀਂ ਹੈਗਾ ਤੇ ਮੈਨੂੰ ਬੜੇ ਪਲੇਅਰਾਂ ਬਾਰੇ ਪਤਾ ਵੀ ਨਹੀਂ ਹੈਗਾ ਪਰ ਜਿੰਨੀਆਂ ਕਿ ਬਾਰੇ ਪਤਾ ਹੈ ਉਹਨਾਂ ਦੇ ਵਿੱਚੋਂ ਮੈਸੀ ਮੈਨੂੰ ਵਧੀਆ ਲੱਗਦਾ ਹੈ ਨਾ ਤੇ ਜਦੋਂ ਵੀ ਮੈਂ ਦੱਸਣਾ ਕਾਫੀ ਬੰਦਿਆਂ ਨੇ ਤਾਂ ਚਲੋ ਐਗਰੀ ਕਰਨਾ ਪਈ ਹਾਂ 바ਰਸੀਲੋਨਾ ਹਾਂ ਮੈਂ ਵੀ 바ਰਸੀਲੋਨਾ ਨੂੰ ਪਸੰਦ ਕਰਦਾ ਜਾਂ ਮੈਂ ਮੈਡਰਿਡ ਨੂੰ ਪਸੰਦ ਕਰਦਾ ਜਾਂ ਕਈ ਕਹਿੰਦੇ ਆਪਾਂ ਲਾਲੀਗਾ ਦੇਖੀ ਦੀ ਨਹੀਂ ਹੈਗੀ ਹਨ ਪਰ ਕਈ ਬੰਦੇ ਜਿਨ੍ਹਾਂ ਨੇ ਆਣਾ ਮੈਂ ਦੱਸਣਾ ਕਿ ਹਾਂ ਮੈਨੂੰ 바ਰਸੀਲੋਨਾ ਵਧੀਆ ਲੱਗ ਇਸ ਈਜ਼ੀ ਟੂ ਚੂਜ਼ ਯੂ ਸ਼ੁੱਡ ਗੋ ਵਿਦ ਅੰਡਰਡੌਗ ਟੀਮਸ ਯੂ ਨੋ ਵੇ ਕਿਉਂ ਕਿਉਂ ਸਾਨੂੰ ਅੰਡਰਡੌਗ ਟੀਮ ਲਈ ਜਾਣਾ ਚਾਹੀਦਾ ਹਨ ਸਾਨੂੰ ਜਦੋਂ ਪਤਾ ਹੀ ਨਹੀਂ ਹੈਗਾ ਕਿ ਅੰਡਰਡੌਗ ਟੀਮ ਕਿਉਂ ਮਾਰਾ ਪਰਫਾਰਮ ਕਰਦੀਆਂ ਪਈਆਂ ਔਰ ਸਾਨੂੰ ਪਤਾ ਆ ਕਿ ਜਿਹੜੀ ਬਾਰਸੀਲੋਨਾ ਹੈ ਉਹਨਾਂ ਦੀ ਟ੍ਰੇਨਿੰਗ ਕਿੰਨੀ ਹਾਰਡ ਹੁੰਦੀ ਆ ਉਹ ਪਲੇਅਰ ਮਿਹਨਤ ਕਰਦੇ ਆ ਆਪਾਂ ਕਿਉਂ ਨਾ ਉਹਨਾਂ ਨੂੰ ਪਸੰਦ ਕਰੀਏ ਇਸ ਇਨੀ ਰੀਜ਼ਨ ਥੈਟ ਵੀ ਸ਼ੁਡ ਨਾਟ ਲਾਈਕ ਥੈਮ ਕਿਉਂ ਸਿਰਫ ਇਹੀ ਕਿ ਉਹ ਵਧੀਆ ਪਰਫਾਰਮ ਕਰਦੇ ਪਏ ਆ ਉਹ ਇੱਕ ਅਮੀਰ ਕਲੱਬ ਆ ਤੇ ਉਹ ਮੋਸਟਲੀ ਲਾ ਲੀਗਾ ਦੇ ਜਿਹੜੇ ਟਾਈਟਲ ਆ ਉਹ ਜਿੱਤਦੇ ਪਏ ਆ ਕੀ ਇਹ ਇਹ ਸਾਡੀ ਮਤਲਬ ਇੱਕ ਤਰੀਕੇ ਨਾਲ ਜੈਲਸੀ ਨਹੀਂ ਹੈਗੀ ਉਸ ਚੀਜ਼ ਦੇ ਨਾਲ ਹਨ ਤੇ ਇਦਾਂ ਹੁੰਦਾ ਕਈ ਵਾਰੀ ਅਸੀਂ ਵੱਡੇ ਕਲੱਬ ਨੂੰ ਸਿਰਫ ਜੈਲ ਸੀ ਕਰਕੇ ਨਹੀਂ ਚੂਜ਼ ਕਰਦੇ ਹੈਗੇ ਇੱਕ ਫਿਲਮ ਆਈ ਸੀ ਮਹੇਸ਼ ਬਾਬੂ ਦੀ ਸਾਰੇ ਨੇ ਦੇਖੀ ਹੋਣੀ ਬਿਜ਼ਨਸਮੈਨ ਉਹਦੇ ਵਿੱਚ ਉਹਨੇ ਬਹੁਤ ਵਧੀਆ ਡਾਇਲੋਗ ਮਾਰਿਆ ਸੀਗਾ ਕਹਿੰਦਾ ਜਦੋਂ ਹਿਰਨ ਦੌੜਾਇਆ ਹੁੰਦਾ ਹੈ ਨਾ ਉਹਦੇ ਪਿੱਛੇ ਸ਼ੇਰ ਦੌੜਾਇਆ ਹੁੰਦਾ ਪਰ ਉਸੇ ਵੇਲੇ ਸਾਡੀ ਜਿਹੜੀ ਮੈਂਟੈਲਿਟੀ ਹੈ ਜਿਹੜੀ ਅੰਡਰਡੌਗ ਮੈਂਟੈਲਿਟੀ ਹੈ ਨਾ ਉਹ ਕੰਮ ਕਰਦੀ ਹੈ ਤੇ ਸਾਡਾ ਦਿਲ ਇਹ ਕਰਦਾ ਕਿ ਹਿਰਨ ਬਚ ਜਵੇ ਸ਼ੇਰ ਭੁੱਖਾ ਰਹਿ ਜਵੇ ਠੀਕ ਆ ਕਿਉਂ ਕਿਉਂਕਿ ਉਹ ਸ਼ੇਰ ਤੋਂ ਮਤਲਬ ਜੈਲਸ ਕਰਦੇ ਆ ਕਿਉਂਕਿ ਸ਼ੇਰ ਬਹੁਤ ਪਾਵਰਫੁਲ ਆ ਠੀਕ ਆ ਉਹ ਉਦਾਂ ਦੇ ਨਹੀਂ ਬਣ ਸਕਦੇ ਤੇ ਉਹਦਾਂ ਦੇ ਰੀਅਲ ਲਾਈਫ ਦੇ ਵਿੱਚ ਹੈ ਵੀ ਨਹੀਂ ਤਾਂ ਸਾਨੂੰ ਇਦਾਂ ਲੱਗਦਾ ਕਿ ਨਹੀਂ ਹੇਰਨ ਨੂੰ ਬਚਣਾ ਚਾਹੀਦਾ ਜਦ ਕਿ ਜੇ ਸ਼ੇਰ ਨੇ ਹੇਰਨ ਨੂੰ ਨਾ ਖਾਦਾ ਤਾਂ ਉਹ ਭੁੱਖਾ ਮਰ ਸਕਦਾ ਆ ਠੀਕ ਆ ਕਿਉਂਕਿ ਉਹਨੇ ਤਾਂ ਉਹੀ ਚੀਜ਼ ਖਾਣੀ ਆ ਉਹਨੇ ਆ ਫਰੂਟ ਦਾ ਖਾਣਾ ਨਹੀਂ ਉਹਨੇ ਅੰਗੂਰ ਜਾਂ ਸੇਬ ਤਾਂ ਖਾਣੇ ਨਹੀਂ ਹੈਗੇ ਉਹਨੇ ਤਾਂ ਮਾਸਾ ਹੀ ਖਾਣਾ ਹੈ ਨਾ ਤੇ ਮਾਸ ਕਿਸੇ ਨਾ ਕਿਸੇ ਜਾਨਵਰ ਨੂੰ ਮਾਰ ਕੇ ਖਾਣਾ ਠੀਕ ਹੈ ਤੇ ਇਹ ਚੀਜ਼ ਮੈਨੂੰ ਵੀ ਕਿਤੇ ਨਾ ਕਿਤੇ ਮਾੜੀ ਲੱਗਦੀ ਆ ਕਿ ਹਾਂ ਜੇ ਤੁਸੀਂ ਅੰਡਰਡੌਗ ਟੀਮ ਨੂੰ ਚੂਜ਼ ਕਰਨਾ ਹੈ ਨਾ ਤਾਂ ਤੁਹਾਡੇ ਵਧੀਆ ਰੀਜ਼ਨ ਹੋਣੇ ਚਾਹੀਦੇ ਤੁਹਾਨੂੰ ਮਤਲਬ ਪਤਾ ਹੋਣਾ ਚਾਹੀਦਾ ਕਿ ਹਾਂ ਉਹ ਕਿੰਨੀ ਟ੍ਰੇਨਿੰਗ ਕਰਦੇ ਆ ਉਹਨਾਂ ਦਾ ਕੀ ਹਿਸਾਬ-ਕਿਤਾਬ ਹੈ ਉਹ ਪਿੱਛੇ ਰਹਿ ਰਹੇ ਆ ਬਟ ਉਹ ਡਿਜ਼ਰਵ ਕਰਦੇ ਆ ਅੱਗੇ ਜਾਣਾ ਉਹ ਪਿੱਛੇ ਕਿਸੇ ਹੋਰ ਕਾਰਨਾ ਕਰਕੇ ਰਹਿ ਰਹੇ ਆ ਠੀਕ ਹੈ ਫਿਰ ਤਾਂ ਮੰਨ ਲਈ ਪਰ ਉੱਦੀ ਚੂਜ਼ ਕਰ ਲੈਣਾ ਕਿ ਉਹ ਮਤਲਬ ਥੱਲੇ ਆ ਲਿਸਟ ਦੇ ਵਿੱਚ ਤੇ ਅਸੀਂ ਤਾਂ ਕਰਕੇ ਉਹਨੂੰ ਚੂਜ਼ ਕਰਨਾ ਇੱਕ ਕਈ ਵਾਰੀ ਨਾ ਫੀਲਿੰਗ ਜੀ ਲੋਕੀ ਛਕਣ ਲਾਪੰਦੇ ਆ ਹੁਣ ਇੱਕ ਵਾਰੀ ਬੱਬੂ ਆਣ ਦੀ ਵੀ ਮੈਂ ਇੰਟਰਵਿਊ ਦੇਖੀ ਸੀ ਉਹਨੇ ਵੀ ਇਹੀ ਕਿਹਾ ਸੀਗਾ ਕਹਿੰਦਾ ਭਗਵਾਨਤਮਨ ਦੇ ਨਾਲ ਅਸੀਂ ਉਸ ਵੇਲੇ ਸੀਗੇ ਜਦੋਂ ਉਹ ਸਟਰਗਲ ਕਰਦਾ ਪਿਆ ਸੀਗਾ ਹੁਣ ਉਹ ਮਤਲਬ ਇੱਕ ਤਰੀਕੇ ਦਾ ਰਾਜਾ ਬਣ ਗਿਆ ਉਹਨੂੰ ਸਾਡੀ ਲੋੜ ਨਹੀਂ ਹੈਗੀ ਤੇ ਜਦੋਂ ਉਹਦਾ ਫੇਰ ਦੁਬਾਰਾ ਚ ਹੀ ਇਦਾਂ ਦਾ ਟਾਈਮ ਆਊਗਾ ਕਿ ਸਾਨੂੰ ਲੋੜ ਪਊਗੀ ਤੇ ਅਸੀਂ ਫੇਰ ਜਾਵਾਂਗੇ ਹਨ ਸੋ ਜੇ ਇਦਾਂ ਦੇ ਰੀਜ਼ਨ ਹੋਣ ਫੇਰ ਤਾਂ ਮਤਲਬ ਮੈਨੂੰ ਲੱਗਦਾ ਕਿ ਸਾਰੇ ਇਦਾਂ ਦੀ ਟੀਮ ਨੂੰ ਸਪੋਰਟ ਕਰੂਗੇ ਪਰ ਹੁਣ ਜੇ ਤੁਸੀਂ ਬਾਰਸੀਲੋਨਾ ਦੀ ਗੱਲ ਕਰੀਏ ਹੁਣ ਉਹ ਇੰਨੀ ਜ਼ਿਆਦਾ ਟ੍ਰੇਨਿੰਗ ਕਰਦੇ ਆ ਹਨ ਅਸੀਂ ਮੈਂ ਮਤਲਬ ਕਾਫੀ ਟ੍ਰੇਨਿੰਗ ਉਹਨਾਂ ਦੇ ਸੈਸ਼ਨ ਦੇਖੇ ਵੀ ਆ ਤੇ ਉਹ ਕਿੰਨੇ ਚਿਰ ਤੋਂ ਖੇਡਦੇ ਆ ਰਹੇ ਜੇ ਅਸੀਂ ਮੈਸੀ ਦੀ ਗੱਲ ਕਰੀਏ ਹਨ ਮੈਸੀ ਦਾ ਤੁਸੀਂ ਟਾਈਮ ਲਾਈਨ ਦੇਖੋ ਕਦੋਂ ਤੋਂ ਉਹਨਾਂ ਨੇ ਫੁੱਟਬਾਲ ਖੇਡਣਾ ਸ਼ੁਰੂ ਕੀਤਾ ਤੇ ਕਿੰਨੀ ਮਿਹਨਤ ਕਰਦੇ ਆ ਉਹ ਉਹ ਮਤਲਬ ਚੀਜ਼ ਸਾਨੂੰ ਇਦਾਂ ਲੱਗਦਾ ਕਿ ਜੇ ਉਹ ਅਮੀਰ ਆ ਉਹ ਵਧੀਆ ਕਲੱਬ ਆ ਉਹ ਬਹੁਤ ਹਾਈਐਸਟ ਪੇਡ ਆ ਤੇ ਉਹ ਬਸ ਕਿਸੇ ਨਾ ਕਿਸੇ ਨਾਲ ਉਹ ਗਰੀਬਾਂ ਦੇ ਨਾਲ ਧੱਕਾ ਕਰਦੇ ਪਏ ਆ ਗਰੀਬ ਟੀਮ ਦੇ ਛੋਟੀਆਂ ਟੀਮਾਂ ਦੇ ਨਾਲ ਉਹ ਚੀਟਿੰਗ ਕਰਦੇ ਪਏ ਆ ਇਹ ਸਾਡੇ ਅੰਦਰ ਇਹ ਸਾਡੇ ਅੰਦਰ ਹਨਾ ਆਪਣੇ ਆਪ ਵੀ ਅਸੀਂ ਬਣਾ ਲੀਦਾ ਆਪਣੇ ਮਨ ਦੇ ਵਿੱਚ ਹੁਣ ਜੇ ਮੰਨ ਲਓ ਇੱਕ ਸਿਚੁਏਸ਼ਨ ਤੁਸੀਂ ਮਤਲਬ ਆਪਣੇ ਦਿਮਾਗ ਦੇ ਵਿੱਚ ਲੈ ਕੇ ਆਓ ਮੰਨ ਲਓ ਅਦਾਲਤ ਆ ਹਨਾ ਇੱਕ ਪਾਸੇ ਅਮੀਰ ਆਦਮੀ ਖੜਾ ਆ ਇੱਕ ਪਾਸੇ ਗਰੀਬ ਆਦਮੀ ਫਟੇ ਹੋ ਕੱਪੜਿਆਂ ਦੇ ਵਿੱਚ ਖੜਾ ਆ ਸਾਨੂੰ ਕੁਝ ਨਹੀਂ ਪਤਾ ਕੀ ਹੋ ਰਿਹਾ ਉੱਥੇ ਅਸੀਂ ਜੇ ਉਸ ਚੀਜ਼ ਨੂੰ ਜੱਜ ਕਰਾਂਗੇ ਅਸੀਂ ਪਤਾ ਕਿੱਦਾਂ ਜੱਜ ਕਰਾਂਗੇ ਅਸੀਂ ਇਦਾਂ ਸੋਚਾਂਗੇ ਕਿ ਅਮੀਰ ਬੰਦੇ ਨੇ ਧੱਕਾ ਕੀਤਾ ਹੋਣਾ ਗਰੀਬ ਦੇ ਨਾਲ ਉਹ ਗਰੀਬ ਵਿਚਾਰਾ ਰੋਂਦਾ ਰੋਂਦਾ ਆਇਆ ਦੇਖ ਲਓ ਇਹ ਅਮੀਰ ਬੰਦੇ ਇਦਾਂ ਹੀ ਕਰਦੇ ਆ ਜਿੱਥੇ ਗਰੀਬ ਦੇਖਿਆ ਨਹੀਂ ਤਾਂ ਬਸ ਉਹਦਾ ਮਤਲਬ ਫਾਇਦਾ ਚੱਕਣਾ ਸ਼ੁਰੂ ਕਰ ਦਿੰਦੇ ਆ ਸਾਨੂੰ ਹਜੇ ਕੁਝ ਨਹੀਂ ਪਤਾਗਾ ਉੱਥੇ ਹੋਇਆ ਕੀ ਆ ਪਰ ਅਸੀਂ ਅਮੀਰ ਦੇਖ ਕੇ ਇਦਾਂ ਮਤਲਬ ਜੱਜ ਕਰਨਾ ਸ਼ੁਰੂ ਕਰ ਦਿੰਦੇ ਨੇ ਸਾਰੇ ਨਹੀਂ ਜਿਹੜਾਂ ਦੇ ਅੰਦਰ ਜਿਹੜੀ ਅੰਡਰਡਾਕੂਮੈਂਟੇਲਿਟੀ ਵਾਲੀ ਜਿਹੜੀ ਮਤਲਬ ਹੁੰਦੀ ਆ ਨਾ ਫੀਲਿੰਗ ਉਹਨਾਂ ਦੀ ਮੈਂ ਗੱਲ ਕਰਦਾ ਤੇ ਇਹ ਤੋਂ ਉਲਟ ਵੀ ਕਈ ਹੁੰਦੇ ਆ ਕਈ ਜਿੱਦਾਂ ਹੁਣ ਅਸੀਂ ਕਈ ਸੋਸ਼ਲ ਐਕਸਪੈਰੀਮੈਂਟ ਵੀ ਦੇਖੀ ਤੇ YouTube ਤੇ ਵੀ ਹੈਗੀ ਆ ਕਿ ਜਦੋਂ ਕੋਈ ਗਰੀਬ ਹੈਲਪ ਮੰਗਣ ਦਾ ਉਹਦੀ ਹੈਲਪ ਨਹੀਂ ਕਰਦੇ ਹੈਗੇ ਜਦੋਂ ਕੋਈ ਸੂਟ ਉਹੀ ਬੰਦਾ ਐਨ ਕੋਟ ਪੈਂਟ ਸੂਟ ਪਾ ਕੇ ਆਂਦਾ ਆ ਤੇ ਉਹਦੀ ਹੈਲਪ ਸਾਰੇ ਕਰਨ ਨੂੰ ਤਿਆਰ ਹੋ ਜਾਂਦੇ ਇਦਾਂ ਦੇ ਲੋਕ ਵੀ ਹੈਗੇ ਆ ਤੇ ਪਰ ਅੱਜ ਸਾਡਾ ਮੁੱਦਾ ਹੈਗਾ ਅੰਡਰਡੌਗ ਵਾਲਾ ਹਨ ਤੇ ਹੁਣ ਮੰਨ ਲਓ ਤੁਸੀਂ ਅੰਡਰਡੌਗ ਟੀਮ ਨੂੰ ਸਪੋਰਟ ਕਰਦੇ ਆਂ ਹੌਲੀ ਹੌਲੀ ਉਹ ਵਧੀਆ ਹੋ ਗਈ ਵਧੀਆ ਹੋ ਗਈ ਟੌਪ ਤੇ ਚੱਲ ਗਈ ਕੀ ਤੁਸੀਂ ਉਦੋਂ ਉਹ ਟੀਮ ਨੂੰ ਛੱਡ ਦੋਗੇ ਸਪੋਰਟ ਕਰਨਾ ਜੇ ਛੱਡ ਦੋਗੇ ਤਾਂ ਕਿਉਂ ਛੱਡ ਦੋਗੇ ਤੁਸੀਂ ਤਾਂ ਸ਼ੁਰੂ ਤੋਂ ਉਹਨੂੰ ਸਪੋਰਟ ਕਰਦੇ ਆ ਰਹੇ ਸੀ ਹੁਣ ਤਾਂ ਉਹ ਟੌਪ ਡੌਗ ਬਣ ਚੁੱਕੀ ਹੈ ਨਾ ਕੀ ਤੁਸੀਂ ਦੁਬਾਰਾ ਚੀ ਫੇਰ ਕੋਈ ਨਾ ਕੋਈ ਮਤਲਬ ਅੰਡਰਡੌਗ ਟੀਮ ਲੱਭੂਗੇ ਕਿ ਨਹੀਂ ਹੁਣ ਅਸੀਂ ਹੋਰ ਟੀਮ ਮਤਲਬ ਸਪੋਰਟ ਕਰੀਏ ਇਹ ਹੁਣ ਉੱਪਰ ਪਹੁੰਚ ਗਈ ਜਿੱਦਾਂ ਕਿ ਅਸੀਂ ਮਤਲਬ ਉਹ ਨੂੰ ਸਪੋਰਟ ਕਰ ਕਰ ਕੇ ਉੱਪਰ ਪਚਾਏ ਹੁੰਦਾ ਕਿ ਨਹੀਂ ਹੁਣ ਤੂੰ ਸੈਟ ਹੈ ਹੁਣ ਅਸੀਂ ਹੋਰ ਕਿਤੇ ਮੂਵ ਹੁੰਨੇ ਆ ਨਾ ਹੁਣ ਅਸੀਂ ਹੋਰ ਕਿਸੇ ਟੀਮ ਨੂੰ ਉੱਪਰ ਲੈ ਕੇ ਚਲਦੇ ਆ ਮਤਲਬ ਇਹ ਫੀਲਿੰਗ ਹੁੰਦੀ ਆ ਲੋਕਾਂ ਦੇ ਵਿੱਚ ਕਿਉਂ ਹੁੰਦੀ ਆ ਮੈਨੂੰ ਨਹੀਂ ਪਤਾ ਕਿਉਂ ਹੁੰਦੀ ਕਿਉਂਕਿ ਮੇਰੇ ਦਿਮਾਗ ਦੇ ਵਿੱਚ ਅੱਜ ਤੱਕ ਇਹ ਚੀਜ਼ ਕਦੀ ਆਈ ਨਹੀਂ ਹੈਗੀ ਹੁਣ ਯਾਰ ਸਿੰਪਲ ਜੀ ਗੱਲ ਆ ਜਿਹੜਾ ਤੁਹਾਨੂੰ ਉਹ ਗੇਮ ਵਧੀਆ ਦਿਖਾਉਂਦਾ ਪਿਆ ਵਧੀਆ ਸਕਿੱਲ ਦਿਖਾਉਂਦਾ ਪਿਆ ਹੈ ਨਾ ਮਤਲਬ ਵਧੀਆ ਪਰਫਾਰਮ ਕਰਦਾ ਪਿਆ ਤੁਸੀਂ 100 150 ਯੂਰੋ ਦੀ ਜਾਂ ਡਾਲਰ ਦੀ ਟਿਕਟ ਖਰਚ ਕੇ ਗਏ ਆ ਹੈ ਨਾ ਤੇ ਇੱਕ ਟੀਮ ਵਧੀਆ ਪਰਫਾਰਮ ਕਰਦੀ ਪਈ ਆ ਜੋ ਤੁਸੀਂ ਦੇਖਣ ਗਏ ਆ ਇੱਕ ਇੰਟੈਂਸਿਟੀ ਹੈ ਨਾ ਇੱਕ ਪੈਸ਼ਨ ਦੇਖਣ ਗਏ ਆ ਜਿਉਂ ਟੀਮ ਤੁਹਾਨੂੰ ਇੱਕ ਦਿਖਾਉਂਦੀ ਪਈ ਆ ਤਾਂ ਤੁਸੀਂ ਕਿਉਂ ਨਹੀਂ ਉਹਨੂੰ ਚੂਜ਼ ਕਰੋਗੇ ਕਿ ਤੁਸੀਂ ਇਹੀ ਦੇਖ ਕੇ ਚੂਜ਼ ਕਰੋਗੇ ਕਿ ਹਾਂ ਜੀ ਇਹ ਮਾੜੀ ਟੀਮ ਹੈ ਹਾਰਦੀ ਪਈ ਹੈ ਇਹਨੂੰ ਸਪੋਰਟ ਦੀ ਲੋੜ ਹੈ ਤੇ ਤਾਂ ਕਰਕੇ ਅਸੀਂ ਉਹਨੂੰ ਸਪੋਰਟ ਕਰਨਾ ਹੈ ਕਿ ਮਤਲਬ ਜਿਹੜੇ ਹੁਣ ਉਹ ਦੂਜੇ ਬੰਦੇ ਆ ਜਿਹੜੇ ਮਿਹਨਤ ਕਰਦੇ ਆ ਵਧੀਆ ਸਕਿੱਲ ਜਿਨ੍ਹਾਂ ਦੇ ਕੋਲ ਉਹਨਾਂ ਦੀ ਕੀ ਗਲਤੀ ਆ ਸਾਨੂੰ ਨਾ ਇੰਦਾ ਲੱਗਦਾ ਰਹਿੰਦਾ ਆਪਾਂ ਆਪਣੇ ਮਨ ਦੇ ਵਿੱਚ ਹੀ ਬਣਾ ਦੇ ਬਣਾ ਲੈਨੇ ਆ ਵੇ ਜੀ ਮਾਣੀ ਟੀਮ ਹੈ ਨਾ ਇਹ ਇਹਨਾਂ ਨਾਲ ਤਾਂ ਯਾਰ ਰੈਫਰੀ ਵੀ ਧੋਖਾ ਕਰਦੇ ਪਏ ਹੋਣੇ ਇਹਨਾਂ ਨਾਲ ਇਹਨਾਂ ਇਹਨਾਂ ਦੇ ਨਾਲ ਨਾ ਇਨਜਸਟਿਸ ਹੋ ਰਿਹਾ ਆ ਆਪਾਂ ਇਹਨਾਂ ਨੂੰ ਸਪੋਰਟ ਕਰੀਏ ਇਹ ਅੱਗੇ ਜਾਣ ਇਹ ਜਿੱਤਣ ਹੁਣ ਜਦੋਂ ਮੈਂ ਪਹਿਲਾਂ ਗੱਲ ਕੀਤੀ ਸੀ ਸ਼ੇਅਰ ਤੇ 헤ਰਨ ਵਾਲੀ ਹੈ ਨਾ ਹੁਣ ਉਹਦੇ ਵਿੱਚ 헤ਰਨ ਜੇ ਬਚ ਜਵੇ ਤਾਂ ਸਾਨੂੰ ਕੀ ਫਾਇਦਾ ਸਾਨੂੰ ਸਿਰਫ ਇੱਕ ਸੈਟੀਸਫੈਕਸ਼ਨ ਮਿਲਣੀ ਆ ਕਿ ਸ਼ੇਅਰ ਦੇ ਹੱਥ ਦੇ ਲੋ ਆਇਆ ਨਹੀਂ ਹੈਗਾ ਕਿ ਸ਼ੇਰ ਇਹਨਾਂ ਪਾਵਰ ਹੋਲੇ ਤਾਂ ਵੀ ਦੇ ਲੋ ਦੇ ਹੱਥ ਲੱਗਣ ਨਹੀਂ ਹੈਗਾ ਕੁਝ ਵੀ ਹੈ ਨਾ ਤੇ ਇਦਾਂ ਨਹੀਂ ਕਿ ਸਾਨੂੰ ਹੇਰਨ ਦੇ ਨਾਲ ਪਿਆਰ ਆ ਜਾਂ ਅਸੀਂ ਮਤਲਬ ਜਾਨਵਰਾਂ ਦੇ ਨਾਲ ਪਿਆਰ ਕਰਦੇ ਹਾਂ ਹਣਾ ਉਹ ਤਾਂ ਇੱਕ ਵੇਸੇ ਇਕੋਸਿਸਟਮ ਆ ਉਹ ਤਾਂ ਉਹਨੇ ਖਾਣਾ ਹੀ ਆ ਸ਼ੇਰ ਨੇ ਤਾਂ ਆਪਣਾ ਭੋਜਨ ਲੱਭਣਾ ਹੀ ਆ ਨਾ ਜੇ ਸ਼ੇਰ ਨੂੰ ਭੋਜਨ ਲੱਭੂਗਾ ਫਿਰ ਤਾਂ ਉਹ ਮਰ ਜਾਊਗਾ ਹੁਣ ਉਹਦੇ ਮਤਲਬ ਉਹ ਦੀ ਸਾਈਡ ਤੋਂ ਵੀ ਤਾਂ ਤੁਸੀਂ ਦੇਖੋ ਕਿ ਤੁਸੀਂ ਚਾਹਨੇ ਹੈਗੇ ਅੱਛਾ ਮਤਲਬ ਤੁਸੀਂ ਇਹ ਚਾਹਨੇ ਆ ਕਿ ਹੇਰਨ ਬਚ ਜਵੇ ਸ਼ੇਰ ਮਰ ਜਾਵੇ ਇਦਾਂ ਤੁਸੀਂ ਕਿਉਂ ਚਾਹਨੇ ਆ ਮਤਲਬ ਕਤਲ ਕਿਤਨਾ ਕਿਤੇ ਦਾ ਇੱਕਦਾ ਹੋਣਾ ਹੀ ਆ ਨਾ ਪਰ ਅਸੀਂ ਕੀ ਆ ਅਸੀਂ ਅੰਡਰਡੌਗ ਨੂੰ ਸਪੋਰਟ ਕਰਨਾ ਹਨਾ ਸਾਨੂੰ ਕੋਈ ਪਿਆਰ ਨਹੀਂ ਹੈਗਾ ਹੇਰਨ ਦੇ ਨਾਲ ਤੇ ਜਿਵੇਂ ਆਪਣੀ ਗੱਲ ਕਰਾਂ ਤੇ ਮੈਨੂੰ ਤਾਂ ਉਹੀ ਵਧੀਆ ਲੱਗਦਾ ਕਿ ਜਿਹੜਾ ਇੱਕ ਵਧੀਆ ਪਰਫਾਰਮ ਕਰਕੇ ਦਿਖਾਊਗਾ ਹਨਾ ਤੇ ਮੋਸਟਲੀ ਤੇ ਕਾਫੀ ਬੰਦੇ ਇਦਾਂ ਦੇ ਹੋਣੇ ਆ ਜਿਹੜੇ ਸਕਿੱਲ ਦੇਖ ਕੇ ਬੰਦੇ ਨੂੰ ਪਸੰਦ ਕਰਦੇ ਆ ਸਕਿੱਲ ਦੇਖ ਕੇ ਟੀਮ ਨੂੰ ਪਸੰਦ ਕਰਦੇ ਆ ਹਨਾ ਤੇ ਬਸ ਇਜ਼ੀ ਮੇਰਾ ਮੋਟਿਵ ਅੱਜ ਦਾ ਇਹੀ ਸੀਗਾ ਕਿ ਮੈਂ ਗੱਲ ਕਰਾਂ ਕਿਉਂਕਿ ਕਾਫੀ ਦਿਨਾਂ ਤੋਂ ਮੇਰੇ ਦਿਮਾਗ ਦੇ ਵਿੱਚ ਹੈਗਾ ਸੀਗਾ ਕਿ ਇਸ ਚੀਜ਼ ਤੇ ਗੱਲ ਕਰਨੀ ਚਾਹੀਦੀ ਕਿਉਂਕਿ ਅਸੀਂ ਮਤਲਬ ਆਪਣੀ ਸੈਟੀਸਫੈਕਸ਼ਨ ਦੇ ਲਈ ਹੈਨਾ ਆਪਣੇ ਐਡਵੈਂਚਰ ਦੇ ਲਈ ਅਸੀਂ ਕਈ ਵੇਲੇ ਜਿਹੜੀਆਂ ਵਧੀਆ ਟੀਮਾਂ ਉਹਨਾਂ ਨੂੰ ਸਪੋਰਟ ਨਹੀਂ ਕਰਦੇ ਹੈਗੇ ਕਿਤੇ ਨਾ ਕਿਤੇ ਉਹ ਚੀਜ਼ ਮੈਨੂੰ ਮਤਲਬ ਗਲਤ ਲੱਗਦੀ ਹੈ ਹੈਨਾ ਕਿ ਜਿਹੜੀ ਟੀਮ ਵਧੀਆ ਖੇਡਦੀ ਪਈ ਹੈ ਜਿਹੜਾ ਬੰਦਾ ਵਧੀਆ ਪਰਫਾਰਮ ਕਰਦਾ ਪਿਆ ਅਸੀਂ ਉਹਨੂੰ ਛੱਡ ਕੇ ਇੱਕ ਅੰਡਰਡੌਗ ਟੀਮ ਨੂੰ ਕਿਉਂ ਸਪੋਰਟ ਕਰਨਾ ਜਾਂ ਤਾਂ ਉਹ ਹੋਵੇ ਪਹਾਂ ਪਿਓ ਵਧੀਆ ਪਰਫਾਰਮ ਕਰਦੇ ਪਏ ਆ ਹਨ ਪਰ ਉਹ ਉੱਪਰ ਨਹੀਂ ਆ ਰਹੇ ਮਾੜੀ ਕਿਸਮ ਦੀ ਹੈ ਜਾਂ ਕੁਝ ਹੋਰ ਚੀਜ਼ ਹੈ ਜਾਂ ਉਹਨਾਂ ਦੇ ਨਾਲ ਚੀਟਿੰਗ ਹੋ ਰਹੀ ਹੈ ਹਨ ਪਰ ਜੇ ਸਾਰਾ ਕੁਝ ਵਧੀਆ ਹੈ ਸਿਰਫ ਪਰਫਾਰਮੈਂਸ ਉਹਨਾਂ ਦੀ ਮਾੜੀ ਹੈ ਹਨ ਤੇ ਉਹਦੇ ਕਰਕੇ ਉਹ ਥੱਲੇ ਆ ਤਾਂ ਮੈਨੂੰ ਨਹੀਂ ਲੱਗਦਾ ਕਿ ਉਹਦੇ ਜੇ ਕੋਈ ਵਧੀਆ ਰੀਜ਼ਨ ਹੈਗਾ ਹੈ ਉਹਨਾਂ ਨੂੰ ਸਪੋਰਟ ਕਰਨ ਦਾ ਬਾਕੀ ਚਲੋ ਸਾਰਿਆਂ ਦੀ ਆਪਣੀ ਆਪਣੀ ਮਰਜ਼ੀ ਹੈ ਡੈਮੋਕ੍ਰੇਸੀ ਹੈ ਸਾਰੇ ਜਿੱਦਾਂ ਚਾਹੁੰਦੇ ਆ ਉਦਾਂ ਮਤਲਬ ਕਰ ਸਕਦੇ ਆ ਤੇ ਪਰ ਸਿਰਫ ਆਪਣੇ ਐਡਵੈਂਚਰ ਦੇ ਲਈ ਤੇ ਆਪਣੀ ਸੈਟੀਸਫੈਕਸ਼ਨ ਦੇ ਲਈ ਇਹ ਚੀਜ਼ ਕਰਨੀ ਮੈਨੂੰ ਵਧੀਆ ਨਹੀਂ ਲੱਗਦੀ ਹੈਗੀ ਹਨ ਤੇ ਬਸ ਇਹੀ ਸੀਗਾ ਜੀ ਅੱਜ ਦਾ ਐਪੀਸੋਡ ਤੇ ਉਮੀਦ ਹੈ ਤੁਹਾਨੂੰ ਵਧੀਆ ਲੱਗਿਆ ਹੋਊਗਾ ਤੇ ਮਿਲਦੇ ਆ ਬਹੁਤ ਜਲਦੀ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਰੱਬ ਰੱਖਾ ਧੰਨਵਾਦ